खबर आ रही है अमृतसर से, जहां पर अमृतसर में चलती लोकल BRTC की बसों की रफ्तार पर आज ब्रेक लग गई। BRTC के मुलाजमों ने पिछले काफी लंबे समय से वेतन न मिलने के कारण आज हड़ताल कर दी और तब तक हड़ताल पर रहने की चेतावनी दी जब तक उनका पिछला वेतन नहीं मिल जाता। हड़ताल पर गए मुलाजमों का कहना है कि जब से बस सेवा शुरू हुई तब तो उन्हें बहुत बड़े बड़े वादे किए गए थे, पर उन एक भी वादे को पूरा नहीं किया गया। और उनका कहना है कि केवल मार्च महीने का उन्हें वेतन दिया गया था और उसके बाद हर बार लॉकडाउन का बहाना लगा टाल मटोल किया जाता है। ते मीटिंग दा टाइम 3-4 मिनट आंदे 5 मिनट मीटिंग कर ली कोरोना सानू कोरोना आ जूगा सानू नहीं आ चलिया जिहड़े रात दिन धक्के खांदे फिरदे आ कोरोना दे बहाने दे नाल सानू इहना मीटिंग ही नहीं दित्ती साडे नाल गलबात नहीं कीती जे गलबात हुंदी सी ते इन्नी हुंदी सी ਵੀ ਉੱਤੇ ਗੱਲਬਾਤ ਹੋ ਰਹੀ ਆ ਪਰ ਉਹਦਾ ਸਿੱਟਾ ਕੋਈ ਨਿਕਲੂਗਾ ਤੁਹਾਨੂੰ ਦੱਸਾਂਗੇ ਸਾਡੇ ਵੱਸ ਦੀ ਗੱਲ ਕੋਈ ਨਹੀਂ ਅਸੀਂ ਕੁਛ ਨਹੀਂ ਕਰ ਸਕਦੇ ਦੇ ਵਿੱਚ ਜੋ ਉੱਤੋਂ ਹਦਾਇਤਾਂ ਆਉਣਗੀਆਂ ਤੇ ਤੁਹਾਨੂੰ ਨਾਲ ਗੱਲਬਾਤ ਕੀਤੀ ਜਾਊਗੀ ਪੈਸੇ ਆਉਣਗੇ ਉੱਤੋਂ ਤੇ ਤੁਹਾਨੂੰ ਦਵਾ ਦਾਂਗੇ ਅਸੀਂ ਕੋਲੋਂ ਨਹੀਂ ਦੇ ਸਕਦੇ ਇਸ ਕਰਕੇ ਵੀਰੋ ਸਾਨੂੰ ਮੀਟਿੰਗਾਂ ਤੋਂ ਬਾਅਦ ਜਦੋਂ ਕੋਈ ਵਿਸ਼ਵਾਸ ਇਹਨਾਂ ਦਵਾਉਂਦੇ ਰਹੇ ਤੇ ਵਿਸ਼ਵਾਸ ਦਵਾਉਣ ਤੋਂ ਬਾਅਦ ਕੋਰੀ ਨਾ ਜਦੋਂ ਇਹਨਾਂ ਨੇ ਕਰਤੀ ਉਦੋਂ ਸਾਨੂੰ ਇਹ ਮੈਦਾਨ 'ਚ ਆਉਣਾ ਪਿਆ ਸੰਘਰਸ਼ ਦੇ ਮੈਦਾਨ 'ਚ ਸਾਨੂੰ ਆਉਣਾ ਪਿਆ ਭਾਅ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਸ਼ਮਸ਼ੇਰ ਹੈ ਕੀ ਹੋਇਆ ਜੀ ਅੱਜ ਧਰਨਾ ਲਾ ਰਹੇ ਹੋ ਧਰਨਾ ਸਾਡੇ ਤਨਖਾਹਾਂ ਇਹ 5-6 ਮਹੀਨੇ ਤਨਖਾਹਾਂ ਨਹੀਂ ਮਿਲਦੀਆਂ ਮਾਰਚ ਦੀਆਂ ਹਾਂਜੀ ਮਾਰਚ ਨੂੰ ਤਨਖਾਹਾਂ ਨਹੀਂ ਦੇਣਗੇ ਸਾਡੀ ਕਹੀ ਸੀ 12,700 ਹਾਂਜੀ ਅਤੇ ਕੀ ਹੁਣ ਕੀ ਕੀ ਇਹਨਾਂ ਵੱਲ ਤੁਹਾਨੂੰ ਕਿਹਾ ਗਿਆ ਕਿਉਂ ਉਹਨਾਂ ਨੂੰ ਤਨਖਾਹਾਂ ਮਿਲੀਆਂ ਤਨਖਾਹਾਂ ਯਾਰ ਲੋਕਡਾਊਨ ਦੀਆਂ ਨੇ ਕਹੀਆਂ ਤਨਖਾਹਾਂ ਪਹਿਲਾਂ ਮਾਰਚ ਦੀਆਂ ਪਾਈਆਂ ਸੀ ਕਈਆਂ ਦੀਆਂ ਸਾਡੀਆਂ ਪਰ ਆਈਆਂ ਨਹੀਂ ਮਾਰਚ ਦੀਆਂ ਤਨਖਾਹ ਨਹੀਂ ਆਈ ਹਾਂਜੀ ਹਾਂਜੀ ਜੇਕਰ ਹੁਣ ਵੀ ਤਨਖਾਹ ਨਹੀਂ ਦੇਣਗੇ ਤਾਂ ਕੀ ਕਰੋਗੇ ਧਰਨਾ ਜਾਰੀ ਰੱਖਾਂਗੇ ਹਾਂਜੀ ਬਿਊਰੋ ਰਿਪੋਰਟ ਲਾਈਵ ਭਾਰਤ